ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਿਕਤਾ ਕੰਨ ਤੇ ਮੇਰ ਕੀਓ ਮੇਰਹੋ ਤੇ ਕੰਨ ਕੀਨ ਸ੍ਰੀ ਗੋਬਿੰਦ ਸਿੰਘ ਨਮਹ ਮਾਮ ਕੇਵਲ ਦਾਨੀ ਦੀਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਸ਼ੋ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਖਾਲਸੇ ਦੇ ਪ੍ਰਕਾਸ਼ ਦਿਹਾੜੇ 'ਤੇ ਇਕੱਤਰ ਹੋ ਕਰਕੇ ਵਿਸਾਖੀ ਦੇ ਮਹਾਨ ਗੁਰਪੁਰਬ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਰਬੱਤ ਸੰਗਤ ਨੂੰ ਮਹਾਂਪੁਰਸ਼ਾਂ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਤਿਨ੍ਹਾਂ ਵੱਲੋਂ ਸਮੁੱਚੇ ਹੀ ਪੰਥ ਨੂੰ ਲੱਖ ਲੱਖ ਵਧਾਈ ਹੋਵੇ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਸਾਹਿਬ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1756 ਬਿਕਰਮੀ ਅੰਦਰ 1699 ਈਸਵੀ ਨੂੰ ਇੱਕ ਮਹਾਨ ਸੰਗਤਾਂ ਦਾ ਇਕੱਠ ਕੀਤਾ ਸੀ, ਜਿਸ ਵਿੱਚ ਦੇਸ਼ਾਂ ਵਿੱਚੋਂ ਪ੍ਰਦੇਸ਼ਾਂ ਦੇ ਵਿੱਚੋਂ ਲੱਖਾਂ ਦੀ ਗਿਣਤੀ ਦਾ ਇਕੱਠ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ ਹੋਇਆ। ਪ੍ਰਾਚੀਨ ਇਤਿਹਾਸਕਾਰ ਲਿਖਦੇ ਨੇ ਕਿ ਤਕਰੀਬਨ 10 ਲੱਖ ਦੀ ਗਿਣਤੀ ਦਾ ਇਕੱਠ ਹੋਇਆ ਹੈ। ਸੰਗਤਾਂ ਬੜੇ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀਆਂ ਸਨ। ਸਤਿਗੁਰੂ ਜੀ ਨੇ ਸੰਗਤਾਂ ਦਾ ਯਥਾ ਯੋਗ ਪ੍ਰਬੰਧ ਕਰਕੇ
ਸੰਗਤਾਂ ਆਰਾਮ ਕਰਨ ਵਾਸਤੇ ਉਸ ਦਿਨ ਚਲੇ ਗਈਆਂ। ਅਗਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪ੍ਰੇਮ ਦੇ ਨਾਲ ਆਪਣੇ ਆਸਣ ਤੋਂ ਤਿਆਰ ਹੋ ਕੇ ਸ਼ਸਤਰ ਬਸਤਰ ਸਜਾ ਕੇ ਘੋੜੇ 'ਤੇ ਸਵਾਰ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਵੱਲ ਨੂੰ ਰਵਾਨਾ ਹੋਏ। ਪਹਿਲਾਂ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਹੋਇਆ, ਤੰਬੂ ਪਹਿਲਾਂ ਲਵਾ ਦਿੱਤੇ ਗਏ ਸਨ, ਆਲੇ ਦੁਆਲੇ ਕਨਾਤਾਂ ਤਣੀਆਂ ਹੋਈਆਂ ਸਨ। ਸੰਗਤਾਂ ਬੜੇ ਪ੍ਰੇਮ ਦੇ ਨਾਲ ਸਜੇ ਹੋਏ ਦੀਵਾਨ ਵਿੱਚ, ਭਰੇ ਹੋਏ ਦੀਵਾਨ ਦੇ ਵਿੱਚ ਗੁਰੂ ਜਸ, ਹਰੀ ਜਸ, ਕੀਰਤਨ ਸ਼੍ਰਵਣ ਕਰਕੇ ਨਿਹਾਲ ਹੋ ਰਹੀਆਂ ਸਨ। ਕੀਰਤਨ ਦੀ ਸਮਾਪਤੀ ਹੋਈ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮਿਆਨ ਦੇ ਵਿੱਚੋਂ ਬਿਜਲੀ ਨਾਲੋਂ ਵੀ ਵੱਧ ਲਿਸ਼ਕਦੀ ਹੋਈ ਤਲਵਾਰ ਕੱਢੀ। ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢ ਕੇ ਸਤਿਗੁਰੂ ਜੀ ਨੇ ਬੜੀ ਵੀਰ ਰਾਸ ਨਿਗਾਹ ਦੇ ਨਾਲ ਸੰਗਤਾਂ ਵੱਲ ਤੱਕਿਆ ਅਤੇ ਬਚਨ ਕੀਤਾ, ਫੁਰਮਾਨ ਕੀਤਾ, ਕੋਈ ਅਜਿਹਾ ਹੈ ਜਿਹੜਾ ਧਰਮ ਦੀ ਖਾਤਰ ਆਪਣਾ ਸੀਸ ਭੇਟਾ ਕਰੇ। ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਸਾਰੇ ਹੀ ਦੀਵਾਨ ਦੇ ਵਿੱਚ ਸਨਾਟਾ ਛਾ ਗਿਆ, ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਦੂਸਰੀ ਵਾਰ ਫਿਰ ਗਰਜ ਕੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਤਾਂ ਕੋਈ ਬਣਾ ਉੱਠਿਆ। ਹੁਣ ਇੱਥੇ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਹੈ ਵੀ ਸਨਾਟਾ ਕਿਉਂ ਛਾ ਗਿਆ, ਨੀਵੀਆਂ ਕਿਉਂ ਪੈ ਗਈਆਂ, ਕਿਉਂਕਿ ਇਹ ਤਾਂ ਇੱਕ ਰਸਮ ਹੀ ਸੀ। ਹੁਣ ਜੇ ਦੇਖਿਆ ਜਾਵੇ ਤਾਂ ਸਾਰੇ ਧਰਮਾਂ ਦੇ ਵਿੱਚ ਨਾ ਇੱਕ ਰਸਮ ਚੱਲਦੀ ਹੈ, ਜਦੋਂ ਵੀ ਕਿਸੇ ਨੂੰ ਆਪਾਂ ਗੁਰੂ ਧਾਰਨ ਕਰਦੇ ਹਾਂ ਤਾਂ ਇੱਕ ਮਰਿਆਦਾ ਆਉਂਦੀ ਹੈ ਜਿਹੜੀ ਧਰਮਾਂ ਨੇ ਬੰਨ੍ਹੀ ਹੁੰਦੀ ਹੈ। ਹੁਣ ਇਹ ਇੱਕ ਰਸਮ ਚੱਲਦੀ ਆਉਂਦੀ ਸੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ। ਉਹ ਰਸਮ ਕੀ ਸੀ ਕਿ ਗੁਰੂ ਧਾਰਨ ਕਰਨ ਲੱਗਿਆਂ ਤਨ ਮਨ ਧਨ ਸਭ ਸੌਂਪ ਗੁਰ ਕੋ, ਤਨ ਮਨ ਧਨ ਸੌਂਪਣਾ ਪੈਂਦਾ ਸੀ, ਇੱਕ ਰਸਮ ਸੀ, ਇੱਕ ਪ੍ਰਣ ਕਰਨਾ ਪੈਂਦਾ ਸੀ। ਪਰ ਸੰਗਤਾਂ ਕਿਉਂ ਨਹੀਂ ਉੱਠੀਆਂ? ਉਹਦਾ ਕਾਰਨ ਇਹ ਸੀ ਕਿ ਅੱਜ ਇਹ ਰਸਮ ਦਿਖਦੀ ਨਹੀਂ ਪਈ, ਅੱਜ ਇਹਦਾ ਨਾ ਪ੍ਰੈਕਟੀਕਲ ਹੋਣ ਜਾ ਰਿਹਾ ਹੈ। ਕਿਉਂਕਿ ਜੇ ਤਾਂ ਰਸਮ ਕਰਨੀ ਹੁੰਦੀ ਫਿਰ ਤਾਂ ਬਚਨ ਹੀ ਕਰਦੇ, ਪਰ ਜਿਹੜੀ ਨੰਗੀ ਸ੍ਰੀ ਸਾਹਿਬ ਹੱਥ 'ਚ ਫੜ ਲਈ ਆ ਕੱਢ ਕੇ, ਇਹਦਾ ਮਤਲਬ ਇਹ ਆ ਵੀ ਅੱਜ ਰਸਮ ਨਹੀਂ ਹੋਣੀ, ਅੱਜ ਸਿਰ ਵੱਢੇ ਜਾਣੇ ਆ। ਜੇ ਇਕੱਲੀ ਰਸਮ ਹੀ ਕਰਨੀ ਹੈ ਤਾਂ ਫਿਰ ਇੰਨਾ ਕੁਝ ਕਰਨ ਦੀ ਕੀ ਲੋੜ ਪਈ ਸੀ? ਉਹ ਤਾਂ ਪਹਿਲੇ ਪਾਤਸ਼ਾਹ ਤੋਂ ਚੱਲਦੀ ਆਉਂਦੀ ਆ, ਨੌਵੇਂ ਪਾਤਸ਼ਾਹ ਤੱਕ ਚੱਲੀ ਜਾ ਰਹੀ ਆ ਅਤੇ ਅੱਗੇ ਵੀ ਚੱਲਦੀ ਰਹੇਗੀ। ਤਾਂ ਸ੍ਰੀ ਸਾਹਿਬ ਹੱਥ 'ਚ ਨੰਗੀ ਦੇਖ ਕੇ ਅਤੇ ਵੀਰ ਰਸ ਦੇਖ ਕੇ ਸੰਗਤ ਨੇ ਮਹਿਸੂਸ ਕੀਤਾ ਕਿ ਅੱਜ ਸਿਰਫ ਰਸਮ ਨਹੀਂ ਹੋ ਰਹੀ, ਅੱਜ ਵਾਕਿਆ ਹੀ ਸਿਰ ਲਏ ਜਾਣੇ ਨੇ ਅਤੇ ਦਿੱਤੇ ਜਾਣੇ ਨੇ। ਤਾਂ ਤੀਸਰੀ ਵਾਰੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਤਾਂ ਸ਼੍ਰੀਮਾਨ ਭਾਈ ਦਇਆ ਰਾਮ ਜੀ, ਲਾਹੌਰ ਦੇ ਨਿਵਾਸੀ ਰਹਿਣ ਵਾਲੇ, ਦੋਵੇਂ ਹੱਥ ਜੋੜ ਕੇ ਗਲ ਦੇ ਵਿੱਚ ਪੱਲਾ ਪਾ ਕੇ ਸੀਸ ਝੁਕਾ ਕੇ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਜੀ ਅੱਗੇ ਹਾਜ਼ਰ ਹੋਏ ਅਤੇ ਬੇਨਤੀ ਕੀਤੀ, ਜੀ ਮੈਂ ਆਪਣਾ ਸੀਸ ਦੇਣ ਵਾਸਤੇ ਹਾਜ਼ਰ ਹਾਂ। ਇੱਥੇ ਜਿਹੜੇ ਸਤਿਗੁਰੂ ਜੀ ਨੇ ਬਚਨ ਕੀਤੇ ਉਹ ਵੀ ਬੜਾ ਨੁਕਤਾ ਸਮਝਣ ਵਾਲਾ ਹੈ ਅਤੇ ਧਿਆਨ ਵਿੱਚ ਰੱਖਣ ਵਾਲਾ ਹੈ। ਸਤਿਗੁਰੂ ਜੀ ਨੇ ਦੋ ਸਵਾਲ ਕੀਤੇ ਨੇ ਭਾਈ ਦਇਆ ਸਿੰਘ ਜੀ ਨੂੰ ਕਿ ਭਾਈ ਦਇਆ ਰਾਮ ਜੀ, ਪਹਿਲਾਂ ਇਹ ਗੱਲ ਦੱਸੋ ਕਿ ਕੋਈ ਤਕਲੀਫ ਤਾਂ ਨਹੀਂ, ਕੋਈ ਤਕਲੀਫ ਹੋਵੇ ਤਾਂ ਤੁਸੀਂ ਉੱਠ ਕੇ ਖੜ੍ਹੇ ਹੋ ਗਏ ਹੋ। ਦੂਸਰਾ ਇਹ ਦੱਸੋ ਕਿਸੇ ਗੱਲੋਂ ਦੁਖੀ ਤਾਂ ਨਹੀਂ, ਕਿਉਂਕਿ ਮਰਨ ਵਾਸਤੇ ਬੰਦਾ ਤਾਂ ਹੀ ਤਿਆਰ ਹੁੰਦਾ ਹੈ, ਦੁਖੀ ਹੋ ਗਿਆ ਕਿਸੇ ਗੱਲੋਂ, ਅੱਕ ਕੇ ਸਟੈਪ ਲੈਣਾ ਪੈ ਗਿਆ, ਅੱਕ ਕੇ ਦੁਖੀ ਹੋ ਕੇ ਇਹ ਕਦਮ ਚੁੱਕਣਾ ਪੈ ਗਿਆ। ਤਾਂ ਸ਼੍ਰੀਮਾਨ ਭਾਈ ਦਇਆ ਰਾਮ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਨਹੀਂ, ਨਾ ਕੋਈ ਤਕਲੀਫ, ਨਾ ਕੋਈ ਦੁੱਖ, ਨਾ ਕੋਈ ਡਰ, ਨਾ ਕੋਈ ਲੋਭ,
अपनी खुशी दे नाल जिहड़ा ये प्रथा सी कि तन मन धन सब सौंप गुर को हुक्म मन्ने पाई है, इनू अज सकारथ रूप देण वास्ते आप जी ने दास ते कृपा कीती है ते दास नू ये माण देण लगे हो ते दास उठ के खड़ा होया है कि आप कृपा करके अपना प्राण पूरा करो, मैं सीस अपनी खुशी नाल हाजिर कर रहा है। हुण उत्थे विलक्षण घटना हुंदी है जी, कलगीधर जी उन्हूं तंबू दे विच लै जांदे ने जिस विच धन गुरु ग्रंथ साहिब का प्रकाश किया होया है। ये गल भाई हर सिंह जी ने लिखी है अपनी गोहज कथा विच, महापुरश दसदे हुंदे सी कि दसवें पातशाह की जिहड़ी डायरी नोट करन वाले गुरमुख प्यारे सन तां सतगुरु जी ने भाई दया राम जी का सिर जिहड़ा है वह धड़ नालों कट दिता। धड़ डिगण की धड़म करन की आवाज़ आई है, संगतां हैरान हो गईआं ने आवाज़ किदां दी आई, जिदा तलवार चली है सिर लत्था है ते जिदा शरीर डिगदा है थले, लहू की ततीरी तंबू दे विचों बाहर आई है। हुण इत्थे कई निशर्दक लोग पता की कहिंदे है, वह कहिंदे आ वी तंबू विच ना महाराज ने बड़ी सूक्ष्मता नाल पंज बकरे बन ले सी ते उन्हां दे सिर कट दिते। हुण इन्हां लोकां नूं पुछणा चाहीदा है ये सवाल कौन करते ने, महापुरख ब्रह्म ज्ञानी तत् बेते जिन्हां नूं गुरु साहब ते गुरमत ते गुरु घर दीआं मर्यादा उत्ते बरकतां उत्ते तीन काल भरोसा है, स्वास स्वास भरोसा है, वो महापुरख की सवाल करते ने कि बकरे जिहड़े ने वो दसवें पातशाह ने आप ते बन्ने नहीं होने, किसी सिख नूं क्या होगा, किसी मसंद नूं क्या होगा, वो मंडी चो खरीद के लियाया होगा, उन्हें फिर रात नूं चोरी बन्ने होणगे। ते जो सच्चे पातशाह ने वचन किया भी कोई सिख सिर दवे तो उस सिख नूं जां मसंद नूं सब तो पहला उठना चाहीदा सी, क्योंकि उन्हूं पता सी भी वढ़ने ते बकरे ही आ ते माण मैं लै लां, सत्कार मैं लै लां, इतिहास चमर मैं हो जा, तां वह उठिया क्यों ना भी मैं गुरु की खुशी लै लवां। दूसरा सवाल महापुरख करते ने कि किसी इकट्ठ दे पास बड़ा वड्डा इकट्ठ होवे ते उस इकट्ठ विच तंबू विच बकरे बन्ने होण ते उन्हां विचों एक दा सिर वट दईए ते बाकी दे चार म्यांक के रौला पाउण, पता लग जावे कि अंदर तां बकरे दे सिर वढ़ी दे, इह तां कोई शरारत है भी गुरु साहब कहिंदे कुछ होर ने करदे कुछ होर ने। इत्थे दास इक बेनती करे कि इतिहास साडा गुरु नहीं है, इतिहास की है गवाही, गुरु कौन है साडा धन गुरु ग्रंथ साहिब। ते असी ना एक गल का बहुत प्रचार कर रहे हैं कि गुरु ग्रंथ साहिब गुरु ने, बाणी गुरु है, उहदे अगे असी बड़ी व्याख्या भी जोड़ते हैं भी ज्ञान गुरु है। कारण ये कि गुरबाणी कसवटी है ते जिहड़ी गल इतिहास की समझ ना ना आवे भी ये ठीक है कि गलत है तो कहिंदे गुरबाणी की कसवटी ते परखनी चाहीदी। हुण जिहड़े भरावां ने शंके कीते भी महाराज ने अंदर बकरे बन्ने सी तां तुसीं गुरु ग्रंथ साहिब अगे हाथ जोड़ो, गुरु ग्रंथ साहिब की बाणी का पाठ करना शुरू कर दो। जे तो गुरु ग्रंथ साहिब की बाणी चाहुंदा वा भी गुरु इदां दी शैतानी कर लैंदा है भी कहिंदा होर है, करदा होर है, दिखाउंदा होर है, पर नहीं, धन गुरु ग्रंथ साहिब ते इत्थों तक कह दिंदे ने जिन मन होर मुख होर से कांडे कच्चिया, जिन्हां दे मन विच होर है ते जबान ते होर आ वो ते कच्चे लोग ने, वो ते झूठे लोग ने बई। जदों गुरु ग्रंथ साहिब की बाणी फैसला करी जाती है तो असी कहीए भी गुरु ग्रंथ साहिब गुरु है, ज्ञान गुरु है, तो फिर भी
ਇਹੋ ਜਿਹੇ ਸ਼ੰਕਿਆਂ ਨੂੰ ਸਹੀ ਮੰਨੀਏ ਤਾਂ ਸਾਡੇ ਸਭ ਤੋਂ ਮਾੜੇ ਭਾਗ ਨੇ। ਮਹਾਰਾਜ ਨੂੰ ਮੱਥਾ ਵੀ ਟੇਕਦੇ, ਬਾਣੀ ਵੀ ਪੜ੍ਹਦੇ, ਪਰ ਫਿਰ ਵੀ ਅਸਰ ਨਹੀਂ ਕਰਦੇ। ਹੁਣ ਤੀਸਰੀ ਗੱਲ, ਗੁਰਬਾਣੀ ਕਹਿੰਦੀ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਧਰਮ ਚਲਾਇਆ ਹੈ, ਸੱਚ ਦੀ ਨੀਂਹ 'ਤੇ ਸਿੱਖ ਧਰਮ ਖੜਾ ਕੀਤਾ ਹੈ। ਸੱਚ ਕੋਟ ਸਤਾਣੀ ਨੀਵ ਦੇ, ਜੇ ਤਾਂ ਇਹ ਝੂਠ 'ਤੇ ਖੜਾ ਹੁੰਦਾ ਤਾਂ ਅੱਜ ਦੇ ਸਮੇਂ 'ਚ ਜਾਂ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਨੇ ਸਿਰ ਨਹੀਂ ਸੀ ਦੇਣੇ। ਕਿਉਂਕਿ ਜਿਹੜੀ ਚੀਜ਼ ਬੀਜੀ ਜਾਵੇ ਨਾ, ਗੁਰਬਾਣੀ ਨਿਯਮ ਦੱਸਦੀ ਹੈ, ਦਾਨੇ ਪੁਰਸ਼ ਵਿਦਵਾਨ ਧਾਰਮਿਕ ਗ੍ਰੰਥ ਨਿਯਮ ਦੱਸਦੇ ਨੇ, ਜਿਹੜੀ ਚੀਜ਼ ਬੀਜੀ ਜਾਵੇ ਸੱਜਣਾ ਉੱਗਣੀ ਉਹੋ ਹੀ ਆ। ਜੇ ਸਾਡੀ ਨੀਂਹ 'ਚ ਝੂਠ ਪਿਆ ਹੁੰਦਾ ਤਾਂ ਸਿੱਖਾਂ ਅੰਦਰ ਵੀ ਝੂਠ ਹੋਣਾ ਸੀ। ਇਹਨਾਂ ਨੇ ਵੈਸੇ ਹੀ ਗੱਲਾਂ ਕਰਿਆ ਕਰਦੀਆਂ ਸੀ ਸਿਰ ਦੇਣ ਦੀਆਂ, ਪਰ ਦੇਣੇ ਨਹੀਂ ਸਨ, ਮਰਵਾ ਕੇ ਹੋਰ ਕਿਸੇ ਨੂੰ ਨਿਕਲ ਜਾਇਆ ਕਰਦਾ ਸੀ। ਪਰ ਤੁਸੀਂ ਇਤਿਹਾਸ ਪੜ੍ਹ ਲਓ, ਦਸਾਂ ਪਾਤਸ਼ਾਹੀਆਂ ਤੋਂ ਬਾਅਦ ਕਿੰਨੀਆਂ ਕੁਰਬਾਨੀਆਂ ਹੋਈਆਂ। ਭਾਈ ਤਾਰੂ ਸਿੰਘ ਜੀ ਨੇ ਖੋਪਰਾ ਲਵਾ ਲਿਆ, ਭਾਈ ਮਨੀ ਸਿੰਘ ਜੀ ਬੰਦ ਬੰਦ ਕਟਵਾ ਗਏ। ਸਤਿਗੁਰੂ ਨੇ ਸਿੱਖ ਧਰਮ ਦੀ ਆਰੰਭਤਾ ਕੀਤੀ ਹੈ ਸੱਚ ਕੋਟ ਸਤਾਣੀ ਨੀਵ ਦੇ, ਸੱਚ ਨੂੰ ਪਾਇਆ ਸਾਡੀਆਂ ਨੀਹਾਂ 'ਚ, ਅਤੇ ਸਤਿਗੁਰੂ ਜੀ ਨੇ ਸੱਚ ਦੀ ਗੱਲ ਕੀਤੀ ਹੈ, ਅਤੇ ਉਹੀ ਗੁਰੂ ਅੱਜ ਸਿੱਖਾਂ ਨੂੰ ਕਵੇ ਸਿਰ ਲੈਣੇ ਆ ਅਤੇ ਤੰਬੂ 'ਚ ਜਾ ਕੇ ਬੱਕਰੇ ਵੱਢੇ। ਇਹ ਤੋਂ ਵੱਡੀ ਸ਼ੈਤਾਨੀ, ਇਹ ਤੋਂ ਵੱਡਾ ਝੂਠ, ਇਹ ਤੋਂ ਵੱਡਾ ਕੁਫਰ, ਇਹ ਤੋਂ ਵੱਡਾ ਧੋਖਾ ਇਹ ਨਾਟਕ। ਅਤੇ ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਤਾਂ ਇੱਕ ਗੱਲ ਯਾਦ ਰੱਖਿਓ, ਪ੍ਰੈਕਟੀਕਲ ਮਹਾਂਪੁਰਖ ਇੱਕ ਬੜੀ ਸੋਹਣੀ ਗੱਲ ਕਰਦੇ ਹੁੰਦੇ ਸੀ, ਸੰਤ ਬਾਬਾ ਸ਼ਾਮ ਸਿੰਘ ਜੀ, ਬ੍ਰਹਮ ਗਿਆਨੀ, ਜਿਨ੍ਹਾਂ 72 ਸਾਲ ਗੁਰਬਾਣੀ ਦਾ ਕੀਰਤਨ ਕੀਤਾ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ। ਉਹਨਾਂ ਨੂੰ ਕਿਸੇ ਸਿੱਖ ਨੇ ਸਵਾਲ ਕਰ ਦਿੱਤਾ ਵੀ ਸੰਤ ਬਾਬਾ ਅਤਰ ਸਿੰਘ ਜੀ ਜਿਹੜੇ ਨੌਜਵਾਨ ਨੇ, ਕਿਉਂ ਬਾਬਾ ਜੀ ਦੀ ਉਮਰ ਉਦੋਂ 85 ਕਿ 90 ਸਾਲ ਦੀ ਸੀ, ਜਦੋਂ ਸੰਤਾਂ ਦੀ ਉਮਰ 25 ਕੁ ਸਾਲ ਦੀ ਸੀ, ਸੰਤ ਅਤਰ ਸਿੰਘ ਜੀ ਮਸਤੂ ਆਣਿਆਂ ਦੀ, ਵੀ ਮਹਾਰਾਜ ਜੀ ਉਹਨਾਂ ਦਾ ਅਸਰ ਬਹੁਤ ਪੈਂਦਾ ਹੈ, ਉਹ ਜੇ ਕਹਿ ਦੇਣ ਨਾ ਅੰਮ੍ਰਿਤ ਛਕ ਲਓ ਤਾਂ ਸੰਗਤਾਂ ਛਕਦੀਆਂ ਨੇ, ਉਹ ਜੇ ਕਹਿਣ ਬਾਣੀ ਪੜ੍ਹੋ ਤਾਂ ਸੰਗਤਾਂ ਪੜ੍ਹਨ ਲੱਗ ਪੈਂਦੀਆਂ ਨੇ। ਗੱਲ ਕੀ ਹੈ ਤਾਂ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖਾਂ ਬੜਾ ਸੋਹਣਾ ਬਚਨ ਕੀਤਾ, ਉਹ ਕਹਿੰਦੇ ਫਿਰ ਉਹਨਾਂ ਦਾ ਪ੍ਰੇਮ ਗੁਰੂ ਨਾਲ ਸੱਚਾ ਹੋਵੇਗਾ, ਉਹਨਾਂ ਦੀ ਰਹਿਤ ਸੱਚੀ ਹੋਵੇਗੀ, ਉਹ ਅੰਮ੍ਰਿਤ ਨਾਲ ਪਿਆਰ ਕਰਦੇ ਨੇ, ਰਹਿਤ ਨਾਲ ਪਿਆਰ ਕਰਦੇ ਨੇ, ਇਸੇ ਕਰਕੇ ਜਦੋਂ ਬਚਨ ਕਰਦੇ ਨੇ ਉਹਨਾਂ ਦੇ ਬਚਨ ਦਾ ਭਾਰ ਪੈਂਦਾ ਹੈ ਅਤੇ ਅਸਰ ਪੈ ਜਾਂਦਾ ਹੈ। ਤਾਂ ਗੁਰੂ ਦਾ ਅਸਰ ਸਿੱਖਾਂ 'ਤੇ ਕੀ ਪਿਆ? ਸਤਿਗੁਰੂ ਆਪ ਜਿੱਥੇ ਕੁਰਬਾਨ ਕਰ ਗਏ, ਸਾਹਿਬਜ਼ਾਦੇ ਕੁਰਬਾਨ ਕਰ ਗਏ, ਉੱਥੇ ਸਾਧ ਸੰਗਤ ਜੀ ਉਹਨਾਂ ਦੇ ਸਿੱਖ ਵੀ ਕੁਰਬਾਨੀ ਕਰ ਗਏ। ਬਸ ਇਹ ਗੱਲ ਯਾਦ ਰੱਖਿਓ ਵੀ ਜਿਹਦਾ ਗੁਰੂ ਪਿਤਾ ਮਾਲਕ ਰਹਿਬਰ ਏਡਾ ਛਲੀਆ ਹੋਵੇ ਵੀ ਤੰਬੂ 'ਚ ਜਾ ਕੇ ਬੱਕਰੇ ਵੱਢੇ ਅਤੇ ਸਿੱਖਾਂ ਨੂੰ ਕਵੇ ਮੈਂ ਸਿਰ ਵੱਢੇ, ਉਹਦਾ ਖਾਲਸਾ ਪੁੱਤ ਕਦੀ ਵੀ ਆਪਣਾ ਸੀਸ ਭੇਟ ਨਹੀਂ ਕਰ ਸਕਦਾ। ਉਹਦੇ ਸਾਹਿਬਜ਼ਾਦੇ 7 ਸਾਲ 9 ਸਾਲ ਦੀ ਉਮਰ 'ਚ ਨੀਹਾਂ ਵਿੱਚ ਖਲੋਤੇ, ਜਿਵੇਂ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਉਹ ਇਹ ਗੱਲ ਕਦੀ ਵੀ ਨਹੀਂ ਕਹਿ ਸਕਦੇ। ਸਤਿਗੁਰੂ ਦੀ ਬਾਣੀ ਕੀ ਹੈ? ਕੁਸਵੱਟੀ। ਅਤੇ ਬਾਣੀ ਨੂੰ ਪੜ੍ਹ ਕੇ ਦੇਖ ਲਿਆ ਕਰੋ ਕਿ ਗੁਰੂ ਦਾ ਕੌਤਕ ਕਿੱਦਾਂ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਤਿਗੁਰ ਮੇਰਾ ਮਾਰਜ ਵਾਲ ਹੈ, ਸਤਿਗੁਰ ਮੇਰਾ ਸਰਪ੍ਰਤਪਾਲ ਹੈ। ਗੌੜੀ ਸੁਖਮਣੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ, ਮ੍ਰਿਤ ਕੌ ਜੀਵਾਲਨ ਹਾਰ, ਭੁੱਖੇ ਕੌ ਦੇਵਤ ਆਧਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਗੁਰੂ ਦੇ ਵਿੱਚ ਏਡੀ ਵੱਡੀ ਤਾਕਤ ਹੈ, ਬਰਕਤ ਹੈ, ਮ੍ਰਿਤ ਕੌ ਪਾਇਓ ਤਨ ਸਾਸਾ, ਬਿਸ਼ਰਤਾਨ ਮਿਲਾਇਆ, ਪਸ਼ੂ ਪ੍ਰੇਤ ਮੁਗਤ ਪਏ ਸਰੋਤੇ, ਹਰ ਨਾਮਾ ਮੁਖ ਗਾਇਆ। ਸੋ ਰਹੋ ਵਿਚਾਰ
ਇਹੋ ਜਿਹਾ ਸ਼ੰਕਾ ਮਹਾਂਪੁਰਸ਼ ਭਿੰਡਰਾਂ ਵਾਲੇ ਬੜੇ ਪ੍ਰੇਮ ਨਾਲ ਦੱਸਦੇ ਨੇ ਕਿ ਕਦੀ ਵੀ ਨਹੀਂ ਲਿਆਉਣਾ ਚਾਹੀਦਾ ਹੈ ਮਨ ਦੇ ਵਿੱਚ। ਇੱਕ ਔਰੰਗਜ਼ੇਬ ਦੀ CID ਮਹਿਕਮੇ ਦੇ ਅਫਸਰ ਦੀ ਜਿਹੜੀ ਚਿੱਠੀ ਹੈ ਉਹ ਤੁਸੀਂ ਪੜ੍ਹੀ ਹੋਵੇਗੀ ਜਾਂ ਸੁਣੀ ਹੋਵੇਗੀ ਵਿਦਵਾਨਾਂ ਤੋਂ। ਉਹ ਇਸ ਇਕੱਠ ਵਿੱਚ ਬੈਠਾ ਸੀ ਜਿੱਦਣ ਖਾਲਸਾ ਪੰਥ ਸਾਜਿਆ ਗਿਆ। ਉਹ ਰਿਪੋਰਟ ਕਰਦਾ ਹੋਇਆ ਉਹ ਤੇ ਇੱਥੋਂ ਤੱਕ ਲਿਖਦਾ ਹੈ ਕਿ ਤੰਬੂ ਲਾਏ ਹੀ ਨਹੀਂ ਹੈ, ਸਟੇਜ 'ਤੇ ਹੀ ਸਭ ਕੁਝ ਹੋਇਆ, ਅੱਖਾਂ ਦੇ ਸਾਹਮਣੇ ਹੀ। ਕਹਿੰਦਾ ਮੇਰੇ ਸਾਹਮਣੇ ਸਿਰ ਝੜਕੇ ਨੇ ਅਤੇ ਮੇਰੇ ਸਾਹਮਣੇ ਸੁਰਜੀਤ ਹੋ ਗਏ। ਇਹ ਮੇਰੀ ਅਖੀਰਲੀ ਰਿਪੋਰਟ ਹੈ ਤੈਨੂੰ, ਹੁਣ ਮੈਂ ਗੁਰੂ ਦਾ ਸਿੱਖ ਬਣੂੰਗਾ, ਤੇਰਾ ਨੌਕਰ ਬਣ ਕੇ ਨਹੀਂ ਰਵਾਂਗਾ। ਤਾਂ ਕਹਿੰਦੇ ਉਹਨੇ ਅੰਮ੍ਰਿਤ ਛਕ ਲਿਆ। ਸੋ ਰਹੋ ਵਿਚਾਰ ਤਾਂ ਸਤਿਗੁਰਾਂ ਨੇ ਭਾਈ ਦਇਆ ਰਾਮ ਜੀ ਦਾ ਸੀਸ ਕੱਟਣ ਤੋਂ ਉਪਰੰਤ ਤੰਬੂ ਤੋਂ ਬਾਹਰ ਆ ਕੇ ਦੂਸਰੇ ਸੀਸ ਦੀ ਮੰਗ ਕੀਤੀ। ਹੁਣ ਸਤਿਗੁਰੂ ਦੇ ਹੱਥ ਦੇ ਵਿੱਚ ਖੂਨ ਨਾਲ ਲਿਬੜੀ ਹੋਈ ਸ੍ਰੀ ਸਾਹਿਬ ਲਿਸ਼ਕ ਰਹੀ ਹੈ। ਜਿਹਨੂੰ ਵੇਖ ਕੇ ਵੱਡਿਆਂ ਵੱਡਿਆਂ ਦੇ ਹੌਂਸਲੇ ਜਿਹੜੇ ਨੇ ਉਹ ਟੁੱਟ ਗਏ ਨੇ। ਇਤਿਹਾਸ ਦੇ ਇੱਥੋਂ ਤੱਕ ਕਹਿੰਦਾ ਹੈ ਕਿ ਜਦੋਂ ਦੂਸਰੇ ਸੀਸ ਦੀ ਮੰਗ ਕੀਤੀ, ਮਹਾਰਾਜ ਨੇ ਬਚਨ ਕੀਤਾ ਕੋਈ ਅਜਿਹਾ ਹੈ ਕਿ ਧਰਮ ਦੀ ਖਾਤਰ ਸੀਸ ਬਲੀਦਾਨ ਦੇਵੇ। ਇਤਿਹਾਸ ਕਹਿੰਦਾ ਸਨਮੁਖ ਸਿੱਖ ਹੈ ਕੋਈ ਸੀਸ ਭੇਟ ਕਰੇ ਗੁਰਸੋਈ, ਕੋਈ ਸਨਮੁਖ ਸਿੱਖ ਹੈ ਜਿਹੜਾ ਗੁਰੂ ਨੂੰ ਆਪਣਾ ਸੀਸ ਅਰਪਣ ਕਰ ਦੇਵੇ। ਤਾਂ ਦੂਸਰੇ ਫਿਰ ਹਸਤਨਾਪੁਰੀ ਦੇ ਰਹਿਣ ਵਾਲੇ ਭਾਈ ਧਰਮ ਰਾਮ ਜੀ ਉੱਠੇ ਹਨ, ਉਹਨਾਂ ਨੂੰ ਅੰਦਰ ਲੈ ਗਏ, ਸੀਸ ਝੜਕ ਦਿੱਤਾ ਗਿਆ, ਆਵਾਜ਼ ਬਾਹਰ ਆਈ। ਫਿਰ ਤੀਸਰੇ ਉੱਠੇ ਭਾਈ ਹਿੰਮਤ ਰਾਮ ਜੀ, ਚੌਥੇ ਉੱਠੇ ਭਾਈ ਸਾਹਿਬ ਚੰਦ ਜੀ। ਬਸ ਜਦੋਂ ਇਹ ਚਾਰ ਕੁ ਸਿਰ ਹੋਏ ਤਾਂ ਦੀਵਾਨ ਦੇ ਵਿੱਚ ਭਾਜੜਾਂ ਪੈ ਗਈਆਂ ਨੇ, ਕੁਝ ਸਿਦਕੀ ਸਿੱਖ ਬੈਠੇ ਰਹਿ ਗਏ ਨੇ, ਮਸੰਦਾਂ ਨੇ ਅਤੇ ਜਿਨ੍ਹਾਂ ਨੇ ਗੁਰੂ ਘਰ ਦੀ ਮਾਇਆ ਦਾ ਪੂਜਾ ਦਾ ਧਾਨ ਖਾਧਾ ਸੀ, ਨਾ ਸੇਵਾ ਕੀਤੀ, ਨਾ ਜਾਪ ਕੀਤਾ, ਨਾ ਮਹਾਰਾਜ ਦੇ ਅੱਗੇ ਨਿਮਰਤਾ ਵਿੱਚ ਰਹੇ, ਭੈ ਵਿੱਚ ਰਹੇ, ਅਰਦਾਸਾਂ ਬੇਨਤੀਆਂ ਕੀਤੀਆਂ। ਉਹਨਾਂ ਦੀ ਮੱਤ ਤਾਂ ਇੱਥੋਂ ਤੱਕ ਹੋਸ਼ੀ ਹੋ ਗਈ, ਉਹਨਾਂ ਸ੍ਰੀ ਗੁਰਦੇਵ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਬੇਨਤੀ ਕਰਤੀ ਕਿ ਮਾਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਨੂੰ ਚੰਡੀ ਪੁੱਠੀ ਪੈ ਗਈ ਹੈ, ਚੰਡੀ ਪ੍ਰਗਟ ਕਰਨ ਲੱਗੇ ਸੀ ਉਹ ਪੁੱਠੀ ਪੈ ਗਈ ਹੈ, ਆਪ ਕਿਰਪਾ ਕਰੋ, ਵੱਡੇ ਸਾਹਿਬਜ਼ਾਦੇ ਨੂੰ ਗੱਦੀ 'ਤੇ ਬਿਠਾ ਦਿਓ। ਧੰਨ ਬਾਬਾ ਅਜੀਤ ਸਿੰਘ ਜੀ ਨੂੰ, ਬੜੇ ਸਿਆਣੇ ਨੇ, ਜਾਂ ਹੋਰ ਕਿਸੇ ਨੂੰ ਗੱਦੀ ਦੇ ਦਿਓ, ਮਹਾਰਾਜ ਦੀ ਅਜੇ ਮੱਤ ਟਿਕਾਣੇ ਨਹੀਂ। ਇੱਥੋਂ ਤੱਕ ਉਹਨਾਂ ਨੇ ਬਚਨ ਕਰ ਦਿੱਤੇ ਨੇ। ਪਰ ਧੰਨ ਮਾਤਾ ਗੁਰਦੇਵ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦਾ ਸਿਦਕ, ਜਿਨ੍ਹਾਂ ਦਾ ਭਰੋਸਾ, ਉਹਨਾਂ ਆਖਿਆ ਕਿ ਉਹ ਕੌਤਕ ਕਰ ਰਹੇ ਨੇ, ਉਹਨਾਂ ਦੀਆਂ ਉਹ ਜਾਣਦੇ ਨੇ ਜਾਂ ਪਰਮਾਤਮਾ ਜਾਣਦਾ ਹੈ। ਪੰਜਵੀਂ ਵਾਰੀ ਬਚਨ ਕੀਤਾ ਤਾਂ ਉੱਠੇ ਭਾਈ ਸਾਹਿਬ ਚੰਦ, ਪੰਜਾਂ ਨੂੰ ਤੰਬੂ ਦੇ ਵਿੱਚ ਲੈ ਗਏ, ਆਪਣੀ ਆਤਮਕ ਸ਼ਕਤੀ ਨਾਲ ਪੰਜਾਂ ਨੂੰ ਸੁਰਜੀਤ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਪੰਜਾਂ ਨੂੰ ਖਾਲਸਾ ਨਾਮ ਦਿੱਤਾ, ਸਿੰਘ ਦੀ ਪਦਵੀ ਦਿੱਤੀ। ਸੋ ਇਸ ਪ੍ਰਕਾਰ ਪਿਆਰੇ ਭਾਈ ਦਇਆ ਸਿੰਘ ਜੀ ਦੇ ਸੀਸ ਲੈਣ ਤੋਂ ਧਰਮ ਦੇ ਵਿੱਚ ਦਇਆ ਆਈ। ਪਿਆਰੇ ਭਾਈ ਧਰਮ ਸਿੰਘ ਜੀ ਦਾ ਸੀਸ ਲੈਣ ਤੋਂ ਧਰਮ ਦੀ ਪ੍ਰਪਕਤਾ ਆਈ, ਅਤੇ ਜਿਹਦੇ ਕੋਲ ਦਇਆ ਆ ਜੇ ਧਰਮ ਉਹਦੇ ਕੋਲ ਆਪਣੇ ਆਪ ਜਾਂਦਾ ਹੈ। ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਅਤੇ ਜਿਹਦੇ ਕੋਲ ਧਰਮ ਆ ਜੇ ਨਾ, ਉਹਦੇ ਕੋਲ ਹਿੰਮਤ ਆਉਂਦੀ ਆ ਫਿਰ ਸੱਚ ਬੋਲਣ ਦੀ, ਜ਼ਬਰ ਅਤੇ ਜ਼ੁਲਮ ਦੇ ਅੱਗੇ ਖਲੋਣ ਦੀ, ਅੰਮ੍ਰਿਤ ਵੇਲੇ ਉੱਠਣ ਦੀ, ਪੰਜਾਂ ਕਕਾਰਾਂ ਦੀ ਰਹਿਤ ਰੱਖਣ ਦੀ, ਬਾਣੀ ਕਮਾਉਣ ਦੀ, ਸੇਵਾ ਕਰਨ ਦੀ, ਸਤਸੰਗਤ ਕਰਨ ਦੀ ਤਾਕਤ ਆ ਜਾਂਦੀ। ਅਤੇ ਜਿਹੜਾ ਅੰਮ੍ਰਿਤ ਵੇਲੇ ਉੱਠਣ ਦੀ ਹਿੰਮਤ ਕਰਨ ਲੱਗ ਪਿਆ, ਬਾਣੀ ਦਾ ਅਭਿਆਸੀ ਹੋ ਗਿਆ, ਨਿਤਨੇਮੀ ਹੋ ਗਿਆ, ਸਤਸੰਗੀ ਹੋ ਗਿਆ, ਸੇਵਾ ਕਰਨ ਲੱਗ ਪਿਆ, ਕਥਾ ਕੀਰਤਨ ਸ਼੍ਰਵਣ ਕਰਨ ਲੱਗ ਪਿਆ, ਫਿਰ ਉਹਦਾ ਮਨ ਹੋ ਜਾਂਦਾ ਸ਼ੁੱਧ ਅਤੇ ਉਹਨੂੰ ਪ੍ਰਾਪਤੀ ਹੁੰਦੀ। ਮੋਹਕਮ ਮੈਨੇ ਮਨ ਦੇ ਟਿਕਾ ਦੀ, ਮਨ ਦੀ ਸਥਿਤੀ ਦੀ, ਮਨ ਦੀ ਸਫਾਈ ਦੀ, ਅਤੇ ਜਿੱਥੇ ਮਨ ਟੇਕਿਆ ਮੋਹਕਮ ਆ ਗਿਆ ਉੱਥੇ ਸਾਹਿਬ ਕਹਿੰਦੇ ਵਾਹਿਗੁਰੂ ਪਰਮੇਸ਼ਰ ਜੀ ਨੂੰ, ਉੱਥੇ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਤਨ ਮੈਂ ਮਨੂੰਗਾ, ਮਨ ਮੈਂ ਸੱਚਾ,
ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਐਸੀ ਕਿਰਪਾ ਸੱਚੇ ਪਾਤਸ਼ਾਹ ਉਹਦੇ ਉੱਤੇ ਬੜੇ ਪ੍ਰੇਮ ਦੇ ਨਾਲ ਕਰ ਦਿੰਦੇ ਹਨ। ਸੋ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਇੱਥੇ ਇੱਕ ਹੋਰ ਬੜੀ ਵਿਲੱਖਣ ਘਟਨਾ ਹੁੰਦੀ ਹੈ, ਉਹ ਕਿਹੜੀ ਕਿ ਜਗਤ ਦੇ ਮਾਲਕ ਪੰਥ ਦੇ ਵਾਲੀ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੋਵੇਂ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਪੰਜਾਂ ਪਿਆਰਿਆਂ ਨੂੰ ਇੱਕ ਬੇਨਤੀ ਕਰਨ ਲੱਗੇ ਨੇ ਕਿ ਜਿੱਦਾਂ ਤੁਸੀਂ ਅੰਮ੍ਰਿਤ ਦੀ ਦਾਤ ਮੇਰੇ ਤੋਂ ਲਈ ਆ, ਹੁਣ ਕਿਰਪਾ ਕਰਕੇ ਮੈਨੂੰ ਵੀ ਅੰਮ੍ਰਿਤ ਛਕਾ। ਹੈਰਾਨ ਰਹਿ ਗਿਆ ਸੰਸਾਰ, ਇਹ ਕਿੱਦਾਂ ਦੀ ਮਰਿਆਦਾ ਹੈ। ਪਿਆਰੇ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ ਇਹ ਤਾਂ ਕਦੀ ਵੀ ਨਹੀਂ ਹੋਇਆ, ਕਿਉਂਕਿ ਇਤਿਹਾਸ ਕਹਿੰਦਾ ਹੈ ਕਿ ਸਿੱਖ ਨੇ ਗੁਰੂ ਤੋਂ ਦੀਖਿਆ ਲਈ ਆ, ਗੁਰੂ ਨੇ ਕਦੀ ਸਿੱਖ ਤੋਂ ਦੀਖਿਆ ਨਹੀਂ ਲਈ, ਅਤੇ ਆਪ ਇਹ ਕੀ ਕਰਨ ਲੱਗੇ ਹੋ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਇਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ, ਸਿੱਖ ਅਤੇ ਗੁਰੂ ਦੇ ਵਿੱਚ ਜਿਹੜਾ ਇਹ ਗੁਰੂ ਚੇਲੇ ਦੀ ਪਰੰਪਰਾ ਦਾ ਫਰਕ ਰਹਿ ਗਿਆ, ਇਹ ਵੀ ਨਹੀਂ ਰਹਿਣ ਦੇਣਾ ਹੈ, ਇਹ ਵੀ ਕੱਢ ਦੇਣਾ ਹੈ, ਕਿਉਂਕਿ ਬਾਕੀ ਸਾਰੇ ਫਰਕ ਭਾਵੇਂ ਧਰਮ ਕੱਢ ਦਿੰਦਾ ਹੈ ਪਰ ਇੰਨਾ ਕੁ ਫਰਕ ਰੱਖਦਾ ਹੈ ਗੁਰੂ ਦਾ ਅਤੇ ਸਿੱਖ ਦਾ। ਤੁਸੀਂ ਦੇਖੋ ਹਜ਼ਰਤ ਈਸਾ ਮਸੀਹ ਜੀ ਕਿੰਨੇ ਪਿਆਰ ਵਾਲੇ, ਸ਼ਾਂਤੀ ਵਾਲੇ, ਮੁਹੱਬਤ ਵਾਲੇ ਪੈਗੰਬਰ ਹੋਏ ਨੇ, ਜਿਨ੍ਹਾਂ ਪ੍ਰੇਮ ਦਾ ਸੰਦੇਸ਼ ਸੰਸਾਰ ਨੂੰ ਦਿੱਤਾ। ਪਰ ਹਜ਼ਰਤ ਈਸਾ ਮਸੀਹ ਆਪਣੇ ਚੇਲਿਆਂ ਨੂੰ ਇਹ ਪਦਵੀ ਨਹੀਂ ਦੇ ਸਕੇ। ਉਹਨਾਂ ਕੀ ਆਖਿਆ, ਉਹਨਾਂ ਦੇ ਬਚਨ ਪੜ੍ਹ ਲਓ, ਉਹ ਕਹਿੰਦੇ ਆਪਦੇ ਚੇਲਿਆਂ ਨੂੰ, ਸਿੱਖਾਂ ਨੂੰ ਪਤਾ ਕੀ ਕਹਿੰਦੇ, ਵੀ ਤੁਸੀਂ ਭੇਡਾਂ ਬੱਕਰੀਆਂ ਅਤੇ ਮੈਂ ਤੁਹਾਡਾ ਚਰਵਾਹਾ, ਆ ਜਿਹੜੀ ਮੈਂ ਤੁਹਾਨੂੰ ਚਾਰਨ ਵਾਲਾ, ਆ ਜਿਹੜੀ ਤੁਹਾਡਾ ਖਿਆਲ ਰੱਖਣ ਵਾਲਾ ਚਰਵਾਹਾ। ਇੱਕੋ ਇੱਕ ਧੰਨ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਆਪਣੇ ਸਿੱਖਾਂ ਨੂੰ ਕਹਿੰਦਾ ਸਭ ਕੁਝ ਹੀ ਤੁਸੀਂ ਹੋ, ਆਪਣਾ ਰੂਪ ਵੀ ਦੇ ਦਿੱਤਾ, ਆਪਣੀ ਆਤਮਾ ਵੀ ਦੇ ਦਿੱਤੀ, ਆਪਣਾ ਸਰੀਰ ਵੀ ਦੇ ਦਿੱਤਾ, ਆਪਣਾ ਬਾਣਾ ਵੀ ਦੇ ਦਿੱਤਾ, ਆਪਣੀ ਬਾਣੀ ਵੀ ਦੇ ਦਿੱਤੀ, ਆਪਣੀ ਤਾਕਤ ਵੀ ਦੇ ਦਿੱਤੀ, ਅਤੇ ਇੱਥੋਂ ਤੱਕ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਤੁਸੀਂ ਹੈਰਾਨ ਹੋਵੋਗੇ, ਦੁਆਪਰ ਯੁੱਗ ਦੇ ਪੈਗੰਬਰ ਠਾਕੁਰ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਮਹਾਰਾਜ, ਜਿਨ੍ਹਾਂ ਦੀ ਗੀਤਾ ਜਿਹੜੀ ਹੈ ਵੇਦਾਂ ਦਾ ਅਤੇ ਉਪਨਿਸ਼ਦਾਂ ਦਾ ਨਿਚੋੜ ਹੈ, ਜਿਹਨੇ ਹਿੰਦੂ ਧਰਮ ਨੂੰ ਪੜ੍ਹਨਾ ਹੈ ਨਾ, ਬਹੁਤੀ ਮਿਹਨਤ ਨਹੀਂ ਕਰਨੀ ਅਤੇ ਦੋ ਚੀਜ਼ਾਂ ਹੀ ਪੜ੍ਹ ਲਓ, ਇੱਕ ਭਗਵਤ ਗੀਤਾ ਅਤੇ ਇੱਕ ਈਸ਼ਾ ਵਾਸੂ ਉਪਨਿਸ਼ਦ ਪੜ੍ਹ ਲਓ। ਇੱਕ ਬੜਾ ਵੱਡਾ ਵਿਦਵਾਨ ਹੋਇਆ, ਕਹਿੰਦਾ ਹਿੰਦੂ ਧਰਮ ਦੇ ਸਾਰੇ ਗ੍ਰੰਥ ਖਤਮ ਹੋ ਜਾਣ, ਈਸ਼ਾ ਵਾਸੋ ਉਪਨਿਸ਼ਦ ਦਾ ਪਹਿਲਾ ਸਲੋਕ ਹੀ ਰਹਿ ਜੇ ਤਾਂ ਵੀ ਹਿੰਦੂ ਧਰਮ ਜਿਉਂਦਾ ਰਹੇਗਾ ਸੰਸਾਰ ਦੇ। ਭਗਵਤ ਗੀਤਾ ਹਿੰਦੂ ਧਰਮ ਦੇ ਗ੍ਰੰਥਾਂ ਦਾ ਨਿਚੋੜ ਹੈ। ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਉੱਥੇ ਮਿੱਤਰ ਕਿਹਾ ਵਾ, ਸੱਜਣ ਕਿਹਾ ਵਾ, ਤਪਸਵੀ ਕਿਹਾ ਵਾ, ਪ੍ਰੰਤਵ ਕਿਹਾ ਵਾ, ਜਿਹਨੇ ਨੀਂਦ ਨੂੰ ਜਿੱਤਿਆ ਹੋਵੇ ਅਰਜਨ ਨੂੰ ਕਹਿੰਦੇ ਤੂੰ ਤਾਂ ਪ੍ਰੰਤਵ ਆ, ਜਿਹਨੇ ਨੀਂਦ ਨੂੰ ਵੀ ਜਿੱਤ ਲਿਆ, ਸਭ ਕੁਝ ਕੀਤਾ, ਗਿਆਨ ਵੀ ਕਰਾਇਆ, ਬ੍ਰਹਮ ਦੇ ਸਾਕਸ਼ਾਤ ਵੀ ਕਰਾਏ, ਸਰਗੁਣ ਸਰੂਪ ਦੇ ਦਰਸ਼ਨ ਵੀ ਕਰਾਏ, ਵਿਰਾਟ ਸਰੂਪ ਦੇ ਦਰਸ਼ਨ ਕਰਾਤੇ, ਸਹਿਜ ਤਮ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਪਦ ਬਿਮਲ ਨਨ ਏਕ ਪਦ, ਇਹਦੇ ਵੀ ਦਰਸ਼ਨ ਕਰਾ ਦਿੱਤੇ, ਪਰ ਇਹ ਪਦਵੀ ਨਹੀਂ ਦਿੱਤੀ ਵੀ ਤੂੰ ਅੱਜ ਤੋਂ ਮੇਰਾ ਗੁਰੂ ਅਤੇ ਮੈਂ ਤੇਰਾ ਸਿੱਖ, ਇਹ ਭੇਦ ਵੀ ਮੈਂ ਖਤਮ ਕਰਤਾ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕੇ ਪਿਆਰਿਓ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਗੁਰਬਾਣੀ ਦਾ ਪ੍ਰੈਕਟੀਕਲ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਕੱਢਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਅਸੀਂ ਪੂਰਨ ਮਨੁੱਖ ਬਣਾਉਣਾ ਹੈ, ਜਿਹੜਾ ਹਰ ਪੱਖ ਤੋਂ ਪੂਰਾ ਹੋਵੇ, ਤਿਆਗੀ ਵੀ ਹੋਵੇ, ਵਿਰਾਗੀ ਵੀ ਹੋਵੇ, ਸੰਨਿਆਸੀ ਵੀ ਹੋਵੇ, ਜੋਗੀ ਵੀ ਹੋਵੇ, ਗ੍ਰਿਸਤੀ ਵੀ ਹੋਵੇ,
संत भी होवे, सिपाही भी होवे, भगती भी होवे, शक्ति भी होवे, कमाल दी गल है ना। हो सकता ये विरोधी धर्म जिदा पानी ते अग कट्ठे नहीं हो सकते, दिन ते रात कट्ठे नहीं हो सकते। योगी का ते गृहस्थी का की मेल है? योगी तो शराब पीनी माड़ी नहीं समझता, वो कहिंदा व्याह करवाउणा माड़ा। तुसी ये सुन के हैरान होवोगे, सिद्ध गोष्ट पढ़ लो गुरु नानक देव साहब का। योगी कहिंदे महाराज प्याला भर के लियाइए, भी पी लो, नशे च रहो, मस्ती च रहो। तो महाराज ने की वचन किया सी कि ये मस्ती उतर जाती है, जिन्हां नूं नाम की चढ़ी है वो नहीं कदी उतरदी। योगी शराब नूं माड़ी नहीं समझदा, व्याह नूं माड़ा समझदा। पर धन गुरु गोबिंद सिंह पहली पातशाही तो लैके दसां पातशाहियां तक एक मनुख तैयार किया जा रहा वा, जिन्हों पूर्ण कर देना हर पक्ष। वो योगी भी होगा, अमृत वेले जागेगा, वो गृहस्थी भी होगा, दुनिया के काम भी करेगा, वो त्यागी भी होगा, पंथ की खातर वार दिया करेगा अपना आप, वो सूरमा भी होगा, जबर ते जुल्म दे विरुद्ध लड़ेगा। वो पूर्ण मनुख गुरु ग्रंथ साहिब बनाउणा चाहुंदे सन। गुरबाणी बड़े प्रेम दे नाल ये शब्द कहिंदी है, नानक सतगुर भेटिया पूरी होवे जुगत। पूरी जुगती की है? हसदियां खेडदियां खांदियां पींदियां परिवार च रहिंदियां मुक्त होना, यह पूरी जुगती है। ये पूरी जुगती कल्ले सच्चे पातशाह दस पातशाहियां ने सिखां नूं दित्ती है, बाकी सारे धर्म के पैरोकार सत्कारयोग ने पूर्ण जुगती नहीं दे सके। एक पक्ष ही रखिया, जिहड़ा योगी वह कला योगी है, जिहड़ा गृहस्थी वह कला गृहस्थी, जिहड़ा भोगी वह कला भोगी आ, जिहड़ा सिपाही आ वह कला सिपाही आ। उहनूं तरस नहीं आउंदा जदों किसे नूं मारदा है, पर महाराज ने सिपाही तो पहला संत बनाया कि मारन तो पहला सोच भी नहीं किहदे मार लगा, क्यों मार लगा, अन्ना हो के मारेगा तो फिर तू जालम होवेगा, सिपाही तो नहीं हो सकता, कानून तो नहीं तेरा कोई है, फिर तो तू जालम आ बड़ा वड्डा। तां महाराज ने की आख्या, नानक सतगुर भेटिया पूरी होवे जुगत, हसंदियां खेलंदियां पैनंदियां खावंदियां विच होवे मुक्त। यह पूर्ण जुगती सानू सच्चे पातशाह ने दिती। इत्थे कवियां ने ना एक बड़ी सोहनी कल्पना की है, आप जी प्रेम ना सुन लो, समा काफ़ी हो गया है, 15 मिंट रहिंदे आपां समाप्ति कर लईए। हुण महाराज ने इत्थे कृपा की, इत्थे कवियां ने ना एक कल्पना की, पता की कल्पना कवियां की, भी जदों प्यारे भाई दया सिंह जी नूं महाराज ने आख्या ना भी अमृत छका, तां महाराज ने भाई दया सिंह जी ने आख्या, महाराज अमृत एडा सस्ता नहीं मिलिया सन, असी अपने शीस भेटा किते अर्पण किते, हुण आपां भी रसम तां सारे ही करदे, गल्ली बातें आपां भी कहिंदे, तन मन धन सब कुछ गुरु दा, शरीर भी गुरु दा, मन भी गुरु दा, पैसा भी गुरु दा, पर फिर भी मन दे नाल पुठा सोचदे आ, इहदा मतलब गुरु दा तां नहीं, फिर भी शरीर नाल माड़े कर्म करदे इहदा मतलब गुरु दा तां नहीं, फिर भी पैसे नूं उस बन्ने लाउणे जिथे गुरु दा हुक्म नहीं, इहदा मतलब इह रसम आ, इहदे विच कोई सच्चाई है नहीं है। पर जिन्ना वाकया ही तन मन धन सौंप दिता वह गुरु के प्यारे हो गए, उन्होंने गुरु के घर च जगह मिल गई। तुसी हैरान होवोगे, इत्थे कल्पना की कविया ने, प्यारे भाई दया सिंह जी कहिंदे, महाराज असी सिर दिते अमृत मुफ्त नहीं मिलिया सन, तां तुसी की दोगे? महाराज कहिंदे मैं भी शीस दिना तुहानूं, क्यों जिहड़ा मत्था टेकना गुरु अगे शीस भेट करना है, मैं भी दिना। तां महाराज भाई दया सिंह जी कहण लगे, जे सिख भी उहो ही चीज़ दे, गुरु भी उहो ही चीज़ देवे, फिर की विशेषता है, कि तुसी तां गुरु हो। तां महाराज ने फिर की वचन कीते सी कि प्यारे भाई दया सिंह जी, तुसी तां कल्ले शीस भेटा कीते आ, ते मैं तां अपना सरबंस तक वार देवांगा खालसे दे उत्ते। ये वचन सतगुरु जी दे
ਉਹਨਾਂ ਦੀ ਬਾਣੀ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਅੰਕਿਤ ਕੀਤੇ ਹੋਏ ਨੇ। ਖਾਲਸਾ ਮਹਿਮਾ ਦੇ ਸ਼ਬਦਾਂ ਨੂੰ ਕਿਤੇ ਪ੍ਰੇਮ ਨਾਲ ਪੜ੍ਹੋ ਤਾਂ ਸ਼ੁਰੂ ਹੁੰਦੀ ਮਹਿਮਾ, ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ। ਇੱਥੋਂ ਦੇਖਿਓ ਤੁਸੀਂ ਖਾਲਸੇ ਨੂੰ ਮਹਾਰਾਜ ਨੇ ਕੀ ਦਿੱਤਾ ਅਤੇ ਸਮਾਪਤੀ ਕਿੱਥੇ ਕੀਤੀ ਹੈ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇੰਨਾ ਕੁਝ ਦੇ ਕੇ ਵੀ ਮਹਾਰਾਜ ਕਹਿੰਦੇ ਮੈਂ ਤਾਂ ਗਰੀਬ ਹਾਂ, ਇਹਨਾਂ ਸਿੱਖਾਂ ਦੀ ਕਿਰਪਾ ਨਾਲ ਤੁਰਿਆ ਫਿਰਦਾ ਹੈ। ਨਿਮਰਤਾ ਦੀ ਹੱਦ ਹੈ, ਪਰਉਪਕਾਰ ਦੀ ਹੱਦ ਹੈ, ਤਿਆਗ ਦੀ ਹੱਦ। ਖਾਲਸਾ ਮਹਿਮਾ ਦਸਮ ਗ੍ਰੰਥ ਵਿੱਚ ਲਿਖੀ ਕਿਤੇ ਪੜ੍ਹ ਕੇ ਵੇਖਿਓ, ਤਿੰਨ ਸ਼ਬਦ ਨੇ ਸਾਰੇ, ਅੱਖਾਂ ਖੁੱਲ੍ਹ ਜਾਣਗੀਆਂ ਕਿ ਦਸਵੇਂ ਪਾਤਸ਼ਾਹ ਨੇ ਗੁਰੂ ਕਿਹਨੂੰ ਧਾਰਿਆ, ਖਾਲਸੇ ਨੂੰ। ਅਤੇ ਜਿਹਨੂੰ ਗੁਰੂ ਧਾਰੀਏ ਉਹਨੂੰ ਫਿਰ ਤਨ ਮਨ ਧਨ ਸਭ ਸੌਂਪਣਾ ਪੈਂਦਾ ਹੈ। ਜੇ ਗੁਰੂ ਨੇ ਸਭ ਕੁਝ ਦੇ ਦਿੱਤਾ ਸਿੱਖਾਂ ਨੂੰ, ਖਾਲਸੇ ਦੀ ਖਾਤਰ, ਸਿੱਖਾਂ ਦੀ ਖਾਤਰ, ਚਾਰ ਸਾਹਿਬਜ਼ਾਦੇ ਵਾਰੇ, ਅਤੇ ਸਿੱਖਾਂ ਨੇ ਵੀ ਆਪਣਾ ਆਪ ਗੁਰੂ ਦੀ ਖਾਤਰ ਵਾਰ ਦਿੱਤਾ, ਸਿੱਖਾਂ ਨੇ ਵੀ ਤਨ ਮਨ ਧਨ ਸਭ ਸੌਂਪ ਦਿੱਤਾ। ਸੋ ਰਹੋ ਵਿਚਾਰ, ਤਾਂ ਮਹਾਰਾਜ ਨੇ ਆਖਿਆ ਸਭ ਕੁਝ ਹੀ ਦੇ ਦੇਵਾਂਗੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਿਆ। ਇੱਥੇ ਇੱਕ ਹੋਰ ਬੇਨਤੀ ਕਰਾਂ, ਸਾਡੇ ਭੈਣ ਭਰਾ ਪਤਾ ਕੀ ਕਹਿੰਦੇ, ਪੜ੍ਹੇ ਲਿਖੇ ਸੱਜਣ ਪਤਾ ਕੀ ਕਹਿੰਦੇ, ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਲੋੜ ਨਹੀਂ। ਪਰ ਇੱਥੇ ਦਸਵੇਂ ਪਾਤਸ਼ਾਹ ਆਪ ਅੰਮ੍ਰਿਤ ਛਕਦੇ ਪਏ ਨੇ ਕਿ ਉਹਨਾਂ ਨਾਲੋਂ ਤੁਹਾਡਾ ਮਨ ਜ਼ਿਆਦਾ ਸਾਫ਼ ਹੋ ਚੁੱਕਾ। ਕੀਰਤਨ ਤੁਸੀਂ ਨਾ ਸੁਣੋ, ਕਥਾ ਤੁਸੀਂ ਨਾ ਸੁਣੋ, ਨਿਤਨੇਮ ਤੁਸੀਂ ਨਾ ਕਰੋ, ਸੰਗਤ ਵਿੱਚ ਤੁਸੀਂ ਨਾ ਆਓ, ਪਾਠ ਤੁਸੀਂ ਨਾ ਕਰੋ, ਅਤੇ ਮਨ ਸਾਫ਼ ਹੋਣਾ ਚਾਹੀਦਾ। ਇੱਦਾਂ ਦਾ ਮਨ ਸਾਫ਼ ਪਤਾ ਨਹੀਂ ਇਹ ਕਿਹੜੀ ਸਫਾਈ ਹੈ, ਇਹ ਪਾਪ ਹੈ ਕਿ ਸਫਾਈ ਆ, ਰੱਬ ਜਾਣ। ਇਹੋ ਜਿਹੀ ਸਫਾਈ ਜਿਹੜਾ ਬਿਨਾਂ ਬਾਣੀ ਪੜ੍ਹਨ ਤੋਂ ਹੋ ਗਈ, ਬਿਨਾਂ ਸਿਮਰਨ ਕਰਨ ਤੋਂ ਹੋ ਗਈ, ਬਿਨਾਂ ਸਤਸੰਗ 'ਚ ਜਾਣ ਤੋਂ ਹੋ ਗਈ। ਤਾਂ ਦਸਵੇਂ ਪਾਤਸ਼ਾਹ ਨੇ ਆਖਿਆ ਮੈਨੂੰ ਵੀ ਅੰਮ੍ਰਿਤ ਛਕਾਓ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਕੱਢਿਆ, ਅਤੇ ਨਿਚੋੜ ਕੀ ਸੀ? ਖਾਲਸਾ, ਜਿਹੜਾ ਹਰ ਪੱਖ ਤੋਂ ਪੂਰਾ ਹੈ। ਗੁਰੂ ਗ੍ਰੰਥ ਸਾਹਿਬ 'ਚ ਬਚਨ ਆਏ ਸੀ, ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਸਤਿਗੁਰਾਂ ਨੇ ਦਸਤਾਰਾ ਬਣਾ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਸਾਬਤ ਸੂਰਤ ਦਸਤਾਰ ਸਿਰਾ, ਸਤਿਗੁਰਾਂ ਨੇ ਕੇਸ ਦਾੜੇ ਰਖਾਏ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਹ ਰਾਮ ਕੇ ਪਿੰਡ ਪੁਰਾਣ। ਮਹਾਰਾਜ ਨੇ ਨਿਆਰਾ ਖਾਲਸਾ ਪ੍ਰਗਟ ਕਰ ਦਿੱਤਾ। ਜੋ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ ਉਹ ਕੀ ਹੈ? ਖਾਲਸਾ ਹੈ। ਗੁਰੂ ਗ੍ਰੰਥ ਸਾਹਿਬ ਤੁਰਦਾ ਫਿਰਦਾ ਵੇਖਣਾ ਹੈ, ਖਾਲਸੇ ਨੂੰ ਵੇਖੋ, ਅੰਮ੍ਰਿਤਧਾਰੀ ਨੂੰ ਵੇਖੋ। ਪਰ ਇੱਥੇ ਇੱਕ ਹੋਰ ਬੇਨਤੀ ਕਰਦਾ ਸਮਾਪਤੀ 'ਤੇ, ਪਿਆਰੇ ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ ਕੁਝ ਮੰਗ ਲਓ। ਤਾਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਕੀ ਮੰਗਿਆ ਸੀ? ਹਰ ਵਕਤ ਦਰਸ਼ਨ ਹੋਣ, ਗੁਰਬਾਣੀ ਨਿੱਤ ਪੜ੍ਹੀਏ, ਆਪ ਅੰਗ ਸੰਗ ਸਹਾਈ ਹੋ ਕੇ ਵਰਤੋ। ਤਾਂ ਸਤਿਗੁਰੂ ਜੀ ਨੇ ਆਖਿਆ ਸੀ, ਜੋ ਹਮਰੀ ਫੁਨ ਰਹਿਤ ਸੋ ਰੱਖੈ, ਗੁਰਬਾਣੀ ਰਸ ਨਿਤ ਉੱਠ ਚੱਖੈ, ਮੈਂ ਤਾਂ ਕੇ ਸਦ ਰਹੂੰ ਸਹਾਇਕ, ਦੁੱਖ ਬਿੰਗਨ ਸਗਲੇ ਤਿਨਕਾਏ। ਜਿਹੜਾ ਸਿੱਖ ਸਾਡੀ ਰਹਿਤ ਰੱਖੂਗਾ ਮੈਂ ਉਹਦੀ ਸਹਾਇਤਾ ਕਰੂੰਗਾ। ਇੱਥੇ ਇੱਕ ਗੱਲ ਯਾਦ ਰੱਖਿਓ, ਰਹਿਤਨਾਮਿਆਂ ਦੇ ਬਚਨ ਨੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਹੜਾ ਰਹਿਤ ਰੱਖਦਾ ਹੈ, ਦਸਵੇਂ ਪਾਤਸ਼ਾਹ ਕਹਿੰਦੇ ਮੈਂ ਨੌਕਰ ਬਣ ਕੇ ਉਹਦੇ ਕੰਮ ਕਰੂੰਗਾ। ਜਿਹੜਾ ਰਹਿਤ ਰੱਖਦਾ ਹੈ ਉਹੀ ਗੁਰੂ ਨੂੰ ਪਿਆਰਾ ਹੈ। ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਸਿੱਖ ਪਿਆਰਾ ਨਾ ਹੈ ਮਮ ਰਹਿਤ ਪਿਆਰੀ ਆਹ। ਹੁਣ ਇਹ ਕੀ ਆ? ਸ਼ੇਰਾਂ ਦਾ ਬਾਣਾ, ਪਰ ਜੇ ਖੋਤਾ ਪਾ ਲਏ ਫਿਰ, ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਤੀ ਸੀ ਨਾ ਦਸਵੇਂ ਪਾਤਸ਼ਾਹ, ਅਤੇ ਕਿੰਨਾ ਕੁ ਚਿਰ ਚੱਲਿਆ ਸੀ, ਅਖੀਰ ਇੱਕ ਦਿਨ ਫੜ ਹੀ ਲਿਆ ਸੀ ਨਾ, ਅਤੇ ਬੰਨ ਹੀ ਲਿਆ ਸੀ, ਪਤਾ ਲੱਗ ਗਿਆ ਵੀ ਖੱਲ ਸ਼ੇਰ ਦੀ ਹੈ ਵਿੱਚ ਸ਼ੇਰ ਨਹੀਂ। ਇਸੇ ਤਰ੍ਹਾਂ ਬਾਹਰੋਂ ਕੱਪੜੇ ਸਿੱਖਾਂ ਵਾਲੇ ਪਾ ਲਏ,
ਪਰ ਅੰਦਰ ਰਹਿਤ ਨਹੀਂ, ਬਾਣੀ ਨਹੀਂ, ਤਾਕਤ ਨਹੀਂ, ਸਿਮਰਨ ਨਹੀਂ, ਸੇਵਾ ਨਹੀਂ, ਤਾਂ ਸਾਡਾ ਹਾਲ ਵੀ ਉਹ ਹੋਵੇਗਾ। ਬਹੁਤੇ ਦਿਨ ਇਹ ਗੱਲ ਚੱਲਣੀ ਨਹੀਂ। ਤਾਂ ਸਤਿਗੁਰਾਂ ਨੇ ਜਿੰਨਾ ਜ਼ੋਰ ਦਿੱਤਾ ਹੈ ਉਹ ਰਹਿਤ ਉੱਤੇ ਦਿੱਤਾ ਹੈ। ਮਹਾਰਾਜ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ, ਬਿਨਾਂ ਤੇਗ ਕੇਸਿੰਗ ਨਾ ਦੇਵੋ ਦਿਦਾਰੇ। ਬਿਨਾਂ ਤੇਗ ਬਿਨਾਂ ਕੇਸ ਤੋਂ ਮੈਂ ਤਾਂ ਕਿਸੇ ਸਿੱਖ ਨੂੰ ਦਰਸ਼ਨ ਨਹੀਂ ਦਿੰਦਾ। ਮਹਾਂਪੁਰਖ ਬ੍ਰਹਮ ਗਿਆਨੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾ, ਉਹ ਰਾਮਪੁਰ ਖੇੜੇ ਜਾਂਦੇ ਹੁੰਦੇ, ਹੁਸ਼ਿਆਰਪੁਰ ਦੇ ਇਲਾਕੇ 'ਚ ਪਿੰਡ ਹੈ, ਉੱਥੇ ਸੰਤ ਰਹਿੰਦੇ ਹੁੰਦੇ ਸੀ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆ। ਇੱਕ ਵਾਰੀ ਉਹਨਾਂ ਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ, ਪਰ ਮਹਾਰਾਜ ਨੇ ਬਚਨ ਕੋਈ ਨਾ ਕੀਤਾ। ਬੜੀ ਨਿਰਾਸ਼ਤਾ ਪੈਦਾ ਹੋਈ, ਇੰਨੇ ਚਿਰ ਬਾਅਦ, ਇੰਨੇ ਲੰਮੇ ਸਮੇਂ ਬਾਅਦ ਜੇ ਦਰਸ਼ਨਾਂ ਦੀ ਦਾਤ ਮਿਲੀ ਤਾਂ ਬਚਨ ਕੋਈ ਨਹੀਂ। ਤਾਂ ਸਿੰਘਾਂ ਨੇ ਬਾਬਾ ਜੀ ਨੂੰ ਕੀ ਆਖਿਆ, ਸ਼ਹੀਦ ਸਿੰਘਾਂ ਨੇ, ਇਹ ਤੁਸੀਂ ਜਾਪ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ, ਅਤੇ ਜਿਹੜਾ ਦਸਮ ਦੀ ਬਾਣੀ ਨਹੀਂ ਪੜ੍ਹਦਾ ਉਹਨੂੰ ਦਸਵੇਂ ਗੁਰੂ ਪ੍ਰਸੰਨ ਹੋ ਕੇ ਮਿਲਦੇ ਨਹੀਂ। ਨਾਲ ਇਹ ਵੀ ਬਚਨ ਅੰਕਿਤ ਕਰ ਲਿਓ ਕਿ ਜਿਹਨੇ ਕੇਸ ਨਹੀਂ ਰੱਖੇ, ਅੰਮ੍ਰਿਤਧਾਰੀ ਨਹੀਂ, ਸ਼ਸਤਰਧਾਰੀ ਨਹੀਂ, ਦਸਵੇਂ ਪਾਤਸ਼ਾਹ ਕਹਿੰਦੇ ਮੈਂ ਉਹਨੂੰ ਦਰਸ਼ਨ ਨਹੀਂ ਕਦੀ ਦਿੰਦਾ, ਮੈਂ ਉਹਦੀ ਬਾਂਹ ਨਹੀਂ ਫੜਦਾ। ਅਤੇ ਜਿਹੜਾ ਰਹਿਤ ਵਿੱਚ ਤਿਆਰਪੁਰ ਤਿਆਰ ਹੈ, ਮਹਾਰਾਜ ਕਹਿੰਦੇ ਉਹਦੇ ਦਰਸ਼ਨ ਕਰ ਲਈ, ਮੇਰੇ ਦਰਸ਼ਨ ਹੋ ਜਾਣਗੇ। ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ। ਤੁਸੀਂ ਹੈਰਾਨ ਹੋਵੋਗੇ, ਜਿੱਥੇ ਵਿਸਾਖੀ ਦਾ ਦੇਣਾ ਨਾ, ਉੱਥੇ ਨਾਲ ਹੀ ਇੱਕ ਗੱਲ ਬੇਨਤੀ ਕਰ ਦੇਵਾਂ ਕਿ ਬੜੇ ਬੜੇ ਪੈਗੰਬਰ ਸਤਿਕਾਰਯੋਗ, ਪਰ ਕਿਸੇ ਕੋਲ ਵੀ ਐਸੀ ਬਰਕਤ ਨਹੀਂ ਕਿ ਉਹਦੀ ਉਮਤ ਵਿੱਚ ਉਹਦੇ ਦਰਸ਼ਨ ਹੋਣ। ਹਜ਼ਰਤ ਈਸਾ ਸਾਹਿਬ ਕੇਸਾਧਾਰੀ ਨੇ, ਈਸਾਈ ਦੇ ਮੱਥੇ ਲੱਗੋ ਹਜ਼ਰਤ ਈਸਾ ਨਹੀਂ ਦਿਖੂਗਾ ਤੁਹਾਨੂੰ। ਹਜ਼ਰਤ ਮੁਹੰਮਦ ਸਾਹਿਬ ਕੇਸਾਧਾਰੀ ਨੇ, ਮੁਸਲਮਾਨ ਦੇ ਮੱਥੇ ਲੱਗੋ ਮੁਹੰਮਦ ਸਾਹਿਬ ਦੇ ਦਰਸ਼ਨ ਨਹੀਂ ਹੋਣੇ, ਕਿਉਂ? ਉਹ ਕੇਸਾਧਾਰੀ ਨੇ, ਇਹ ਕੇਸ ਕਟਾਉਂਦੇ। ਭਗਵਾਨ ਕ੍ਰਿਸ਼ਨ ਕੇਸਾਧਾਰੀ ਨੇ, ਕਿਸੇ ਹਿੰਦੂ ਵੀਰ ਦੇ ਮੱਥੇ ਲੱਗੋ ਭਗਵਾਨ ਕ੍ਰਿਸ਼ਨ ਨਹੀਂ ਦਿਖਣਾ, ਕਿਉਂ? ਉਹ ਕੇਸਾਧਾਰੀ ਇਹ ਕਟਾਉਂਦੇ ਨੇ। ਅਤੇ ਜੇ ਕੋਈ ਅੱਜ 350 ਸਾਲ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਹੋ ਗਏ ਪੁੱਛਣਾ ਚਾਹਵੇ ਵੀ ਗੁਰੂ ਗੋਬਿੰਦ ਸਿੰਘ ਕਿੱਦਾਂ ਦੇ ਨੇ, ਤਾਂ ਕਿਸੇ ਵੀ ਸਿੱਖ ਵੱਲ ਹੱਥ ਕਰਕੇ ਕਹਿ ਦਿਓ ਇੱਦਾਂ ਦਾ ਸੀ ਗੁਰੂ ਗੋਬਿੰਦ ਸਿੰਘ। ਸਿਰ 'ਤੇ ਦਸਤਾਰ ਸੀ, ਚਿਹਰੇ 'ਤੇ ਦਾੜਾ ਸੀ, ਗਾਤਰੇ ਸ੍ਰੀ ਸਾਹਿਬ ਸੀ, ਬਾਣੀ ਬਾਣੇ ਦੇ ਧਾਰਨੀ ਸੀ। ਜੇ 2.5 ਕਰੋੜ ਸਿੱਖਾਂ ਦੀ ਗਿਣਤੀ ਹੈ ਅਤੇ ਵਿੱਚੋਂ ਅੰਮ੍ਰਿਤਧਾਰੀ ਥੋੜ੍ਹੇ ਹੋਣਗੇ, ਪਰ ਜਿੱਥੇ ਕੋਈ ਰਹਿਤ ਬਹਿਤ ਵਾਲਾ ਅੰਮ੍ਰਿਤਧਾਰੀ ਸਿੱਖ ਤੁਰਿਆ ਜਾਂਦਾ ਹੋਵੇਗਾ, ਤੁਸੀਂ ਹੈਰਾਨ ਹੋਵੋਗੇ ਕਿ ਉਹਦੇ ਵਿੱਚੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣਗੇ। ਮਹਾਰਾਜ ਨੇ ਬਚਨ ਕੀਤਾ ਸੀ ਆਤਮਾ ਗ੍ਰੰਥ 'ਚ ਸਰੀਰ ਪੰਥ 'ਚ, ਧੰਨ ਨੇ ਉਹ ਗੁਰੂ ਕੇ ਪਿਆਰੇ ਜਿਹੜੇ ਬਾਣੀ ਬਾਣੇ ਨੂੰ ਧਾਰਨੀ ਕਰਕੇ ਰੱਖਦੇ ਨੇ। ਦੂਸਰੀ ਬੇਨਤੀ ਕਰਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। 13 ਅਪ੍ਰੈਲ 1978 ਜਿੱਥੋਂ ਸੰਘਰਸ਼ ਸ਼ੁਰੂ ਹੋਇਆ, ਇਹ ਵੀ ਵਿਸਾਖੀ ਵਾਲੇ ਦਿਨ ਹੋਇਆ ਹੈ। ਇਸ ਦਿਨ ਨਕਲੀ ਨਰਕਧਾਰੀ ਗੁਰਬਚਨ ਸਿੰਘ, ਜਿਹੜਾ ਕਿ ਆਪਣੇ ਆਪ ਨੂੰ ਦਸਵਾਂ ਪਾਤਸ਼ਾਹ ਕਹਾਉਂਦਾ ਸੀ, ਫਿਰ ਉਹਦਾ ਹੌਂਸਲਾ ਏਡਾ ਵੱਧ ਗਿਆ, ਉਹ ਕਹਿਣ ਲੱਗਾ 10 ਪਾਤਸ਼ਾਹੀਆਂ 'ਤੇ ਕੁਝ ਵੀ ਨਹੀਂ ਮੇਰੇ ਅੱਗੇ। ਉਹਨੇ ਸਿੱਖਾਂ ਨੂੰ ਬੇਇੱਜ਼ਤ ਅਤੇ ਸਿੱਖਾਂ ਦੀ ਨਰਾਦਰੀ ਕਰਨ ਵਾਸਤੇ ਉਹ ਪਤਾ ਕਿਹੜੇ ਸ਼ਬਦ ਵਰਤਣ ਲੱਗ ਪਿਆ। ਉਹਨੇ ਇੱਕ ਔਰਤ ਦਾ ਨਾਂ ਬੇਬੇ ਨਾਨਕੀ ਰੱਖ ਲਿਆ, ਉਹਨੇ ਆਪਣੇ ਜਵਾਈ ਦਾ ਨਾਂ ਗੋਬਿੰਦ ਸਿੰਘ ਰੱਖ ਲਿਆ, ਉਹਨੇ ਆਪਣੇ ਟੁਕੜ ਬੋਚ ਸਿੱਖਾਂ ਦਾ ਨਾਂ ਕਿਸੇ ਦਾ ਭਾਈ ਮਰਦਾਨਾ, ਕਿਸੇ ਦਾ ਕੁਝ, ਅਤੇ ਉਹ ਸ਼ਰੇਆਮ ਸਿੱਖਾਂ ਨੂੰ ਚੈਲੇਂਜ ਕਰਨ ਲੱਗ ਪਿਆ ਕਿ ਦਸਵੇਂ ਪਾਤਸ਼ਾਹ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਊਂਗਾ। ਅਤੇ ਵਿਸਾਖੀ ਵਾਲੇ ਦਿਨ ਉਹਨੇ ਸ੍ਰੀ ਅੰਮ੍ਰਿਤਸਰ ਸਾਹਿਬ, ਸਿੱਖਾਂ ਦਾ ਗੜ੍ਹ, ਸਿੱਖਾਂ ਦਾ ਮੱਕਾ ਸ਼ਹਿਰ ਦੇ ਵਿੱਚ ਉਹਨੇ ਜਲੂਸ ਕੱਢਣ ਦਾ ਪ੍ਰੋਗਰਾਮ ਬਣਾਇਆ।
ਅਤੇ ਇੱਥੋਂ ਤੱਕ ਮਾੜੀਆਂ ਹਰਕਤਾਂ 'ਤੇ ਉੱਤਰ ਆਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੌੜੀਆਂ 'ਚ ਰੱਖ ਕੇ ਪੈਰ ਦੀ ਠੋਕਰ ਮਾਰ ਕੇ ਕਹਿਣ ਲੱਗਾ ਤੁਹਾਡਾ ਗੁਰੂ ਮੇਰਾ ਕੀ ਵਿਗਾੜੇਗਾ। ਕਾਰ ਸੇਵਾ ਨੂੰ ਮਾਰ ਸੇਵਾ ਕਹਿਣ ਲੱਗ ਪਿਆ। ਅਤੇ ਮੈਂ ਕਈ ਵਾਰੀ ਹੈਰਾਨ ਵੀ ਹੁੰਦਾ ਜਿਹੜੇ ਅੱਜ ਗਾਤਰੇ ਪਾ ਕੇ ਕਾਰ ਸੇਵਾ ਨੂੰ ਮਾਰ ਸੇਵਾ, ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਆ, ਸਰੋਵਰਾਂ ਦੀ ਨਿੰਦਿਆ, ਇਹ ਇੱਦਾਂ ਨਹੀਂ ਤੁਹਾਨੂੰ ਜਾਪਦਾ ਵੀ ਇਹ ਨਕਲੀ ਗੁਰਬਚਨਾਂ ਨਕਲੀ ਨਰਕ ਧਾਰ ਗਏ, ਹੁਣ ਅੰਮ੍ਰਿਤ ਛੱਕ ਕੇ ਸਿੱਖਾਂ ਵਿੱਚ ਪ੍ਰਚਾਰ ਕਰਨ ਲੱਗ ਪਏ। ਫਿਲੋਸਫੀ ਉਹੋ ਹੀ, ਗੱਲਾਂ ਉਹੋ ਹੀ ਜਿਹੜੀਆਂ 1978 ਤੋਂ ਪਹਿਲਾਂ ਗੁਰਬਚਨ ਸਿੰਘ ਕਰਦਾ ਸੀ ਉਹ ਹੀ ਹੁਣ ਇਹ ਕਰਨ ਲੱਗ ਪਏ। ਤੁਸੀਂ ਕੱਢ ਕੇ ਵੇਖ ਲਓ ਇਤਿਹਾਸ। 20ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪਤਾ ਲੱਗਾ, ਸੰਤਾਂ ਫੈਸਲਾ ਕਰ ਲਿਆ ਰੋਕਣ ਦਾ। ਅਮਰ ਸ਼ਹੀਦ ਭਾਈ ਫੌਜਾ ਸਿੰਘ ਜੀ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ ਅਤੇ ਮਹਾਂਪੁਰਖਾਂ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਤੁਹਾਡਾ ਜਾਣਾ ਠੀਕ ਨਹੀਂ, ਪਹਿਲਾਂ ਅਸੀਂ ਜਾ ਕੇ ਰੋਕਣ ਦੀ ਕੋਸ਼ਿਸ਼ ਕਰਾਂਗੇ, ਉਹ ਵੀ ਸ਼ਾਂਤਮਈ ਤਰੀਕੇ ਨਾਲ, ਜੇ ਨਾ ਰੋਕ ਸਕੇ ਤਾਂ ਫਿਰ ਤੁਸੀਂ ਜਿੱਦਾਂ ਮਰਜ਼ੀ ਫੈਸਲਾ ਕਰ ਲਿਓ। ਸ਼ਾਂਤਮਈ ਇਹ ਸਿੰਘ ਗਏ ਬਾਣੀ ਪੜ੍ਹਦੇ ਪ੍ਰੇਮ ਨਾਲ, ਅੱਗਿਓਂ ਸਰਕਾਰ ਦੀ ਸ਼ਹਿ ਉੱਤੇ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ਅਤੇ ਕੁਝ ਅਕਿਰਤ ਕਣ ਪੁਲਿਸ ਦੀ ਸ਼ਹਿ ਉੱਤੇ ਇਹਨਾਂ ਗੋਲੀਆਂ ਦਾ ਮੀਂਹ ਵਰਾਤਾ ਅਤੇ ਇਹ ਜਿਹੜੇ ਸਿੰਘ ਸ਼ਾਂਤਮਈ ਰੋਸ ਕਰਨ ਗਏ ਸੀ ਇਹਨਾਂ ਨੂੰ ਚੁਣ ਚੁਣ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਿੱਥੋਂ ਇਹ ਸੰਘਰਸ਼ ਸ਼ੁਰੂ ਹੋਇਆ ਅਤੇ 1984 6 ਜੂਨ ਹਰਿਮੰਦਰ ਸਾਹਿਬ 'ਤੇ ਅਟੈਕ, ਸ੍ਰੀ ਅਕਾਲ ਤਖਤ ਸਾਹਿਬ ਦਾ ਢਹਿਣਾ, ਬਾਕੀ ਗੁਰਦੁਆਰਿਆਂ ਦੀ ਬੇਅਦਬੀ ਅਤੇ ਮਹਾਂਪੁਰਖ ਇਸ ਬੇਅਦਬੀ ਨੂੰ ਰੋਕਦੇ ਹੋਏ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਆਪਣੇ ਸਿੰਘਾਂ ਨੂੰ ਲੈ ਕੇ ਸ਼ਹੀਦ ਹੋਏ। ਇਹ ਵੀ ਵਿਸਾਖੀ ਵਾਲੇ ਦਿਨ ਹੀ ਸ਼ੁਰੂ ਹੋਇਆ। ਇਹ ਵੀ ਗੱਲ ਯਾਦ ਰੱਖਿਓ, ਇਹ ਕਿਤੇ ਭੁੱਲ ਨਾ ਜਾਇਓ। ਕਈ ਸਿੰਘ ਨਾ ਬੜਾ ਸ਼ੰਕਾ ਕਰਨਗੇ ਵੀ ਟਕਸਾਲ ਵਾਲੇ ਜਦੋਂ ਅਰਦਾਸ ਕਰਦੇ ਆ ਨਾ, ਇਹ ਕਹਿੰਦੇ ਨੇ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦਾਂ, ਵੀ ਜਿਹੜਾ ਸ਼ਹੀਦ ਆ ਉਹ ਤਾਂ ਸ਼ਹੀਦ ਹੀ ਆ, ਉਹ ਕਿਹੜਾ ਪੁਰਾਣਾ ਹੁੰਦਾ ਕਿਤੇ। ਪਰ ਗੱਲ ਇਹ ਨਹੀਂ, ਜਦੋਂ ਇਹ ਸ਼ਹੀਦ ਸ਼ਹੀਦ ਹੋਏ ਇਹਨਾਂ ਦੀ ਸ਼ਹੀਦੀ ਲੁਕਾਉਣ ਨੂੰ ਸਰਕਾਰ ਨੇ ਬਹੁਤ ਕੁਝ ਕੀਤਾ। ਇਹਨਾਂ ਨੇ ਹੋਰ ਵਾਈਟ ਪੇਪਰ ਛਾਪੇ, ਉੱਥੋਂ ਜੀ ਸ਼ਰਾਬ ਨਿਕਲੀ, ਉੱਥੋਂ ਜੀ ਸੋਨਾ ਨਿਕਲਿਆ, ਉੱਥੋਂ ਜੀ ਜਨਾਨੀਆਂ ਨਿਕਲੀਆਂ। ਇਹ ਸਰਕਾਰ ਇੱਦਾਂ ਹੀ ਕਰਦੀ ਹੁੰਦੀ ਜਦੋਂ ਕਿਸੇ ਨੂੰ ਬਦਨਾਮ ਕਰਨਾ ਹੋ। ਤਾਂ ਮਹਾਂਪੁਰਖਾਂ ਨੇ, ਪੰਥ ਨੇ ਇਕੱਠੇ ਹੋ ਕੇ ਸਰਬੱਤ ਖਾਲਸਾ ਕੀਤਾ ਅਤੇ ਇਹ ਫੈਸਲਾ ਲਿਆ ਕਿ ਜਦੋਂ ਅਸੀਂ ਇਹ ਤੁਕਾਂ ਪੜ੍ਹਨੀਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਾਂ ਉਦੋਂ ਅਸੀਂ ਇਹ ਸ਼ਬਦ ਵਰਤਣਾ ਵਾ ਤਿੰਨਾਂ ਪੁਰਾਤਨ ਅਤੇ ਵਰਤਮਾਨ ਮੈਨੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ। 1978 ਦੇ ਸ਼ਹੀਦ, 1984 ਦੇ ਸ਼ਹੀਦ, ਵਰਤਮਾਨ ਸੰਘਰਸ਼ ਦੇ ਸ਼ਹੀਦਾਂ ਨੂੰ ਵੀ ਯਾਦ ਕਰਕੇ ਕੀ ਬਚਨ ਕਰਨੇ, ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਨੂੰ ਯਾਦ ਕਰਕੇ ਬੋਲੋ ਜੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ, ਵਾਹਿਗੁਰੂ। ਇਹ ਵੀ ਸਾਧ ਸੰਗਤ ਜੀ ਵਿਸਾਖੀ ਦੇ ਦਿਨ ਹੀ ਹੋਇਆ ਜਿਹਦੇ ਵਿੱਚ ਪੰਥ ਨੇ ਏਡੀ ਵੱਡੀ ਕੁਰਬਾਨੀ ਕੀਤੀ, ਮਹਾਂਪੁਰਖਾਂ ਨੇ ਆਪਣੇ ਹੱਥੀਂ ਸੰਸਕਾਰ ਕੀਤੇ, ਜਿੱਥੋਂ 1984 ਦਾ ਸੰਘਰਸ਼ ਸ਼ੁਰੂ ਹੋਇਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਜਿੱਥੇ ਵਿਸਾਖੀ ਦੇ ਦਿਹਾੜਿਆਂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਉੱਥੇ ਨਾਲ ਹੀ ਬੇਨਤੀ ਹੈ ਕਿ ਟਕਸਾਲ ਦੇ ਸਥਾਨਾਂ 'ਤੇ ਮਾਝੇ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ਹਰ ਐਤਵਾਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ। ਗੁਰਦੁਆਰਾ ਬਾਬੇ ਸ਼ਹੀਦਾਂ ਜਲੰਧਰ ਸਮਸਤਪੁਰ ਹਰ ਮੱਸਿਆ 'ਤੇ ਅੰਮ੍ਰਿਤ ਛਕਾਇਆ ਜਾਂਦਾ ਹੈ। ਗੁਰਦੁਆਰਾ ਸੰਤ ਖਾਲਸਾ ਬ੍ਰਾਂਚ ਦਮਦਮੀ ਟਕਸਾਲ ਪਿੰਡ ਰੋਡੇ
ਜ਼ਿਲ੍ਹਾ ਮੋਗਾ ਮਹਾਂਪੁਰਖਾਂ ਦਾ ਜਨਮ ਸਥਾਨ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਉੱਥੇ ਹਰ ਸੰਗਰਾਂਦ 'ਤੇ ਅੰਮ੍ਰਿਤ ਛਕਾਇਆ ਜਾਂਦਾ ਹੈ। ਅੰਮ੍ਰਿਤ ਛਕੀਏ ਅਤੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰੀਏ। ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।